ਹੈਲੋ ਜੀ, ਕੀ ਹਾਲ ਚਾਲ ਆ ਸਾਰਿਆਂ ਦਾ। ਮੈਂ ਸੈਮੀ ਧਾਲੀਵਾਲ ਸਰੀ ਤੋਂ, ਅਤੇ ਗੱਲ ਕਰਦੇ ਹਾਂ ਅੱਜ ਆਪਾਂ ਕਰੋਨਾ ਵਾਇਰਸ ਦੀ, ਜਿਹੜੀ ਕਿ ਬਹੁਤ ਭਿਆਨਕ ਬਿਮਾਰੀ ਆ ਅਤੇ ਬਹੁਤ ਜ਼ਿਆਦਾ ਫੈਲ ਚੁੱਕੀ ਆ। ਇਹ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਕਿ ਘਰਾਂ ਦੇ ਵਿੱਚ ਰਹੋ, ਇੱਕ ਦੂਜੇ ਦੇ ਕੰਟੈਕਟ ਵਿੱਚ ਨਾ ਆਓ। ਜਿੰਨਾ ਤੁਸੀਂ ਘਰ 'ਚ ਰਹੋਗੇ ਸੇਫ ਰਹੋਗੇ, ਓਨਾ ਹੀ ਇਹ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ। ਅਤੇ ਮੇਰਾ ਵੀਡੀਓ ਬਣਾਉਣ ਦਾ ਮੇਨ ਮਕਸਦ ਇਹ ਸੀਗਾ ਕਿ ਜਿਹੜੇ ਲੋਕ NRIs ਦੇ ਬਾਰੇ 'ਚ ਪੋਸਟਾਂ ਪਾ ਰਹੇ ਆ ਅਤੇ NRIs ਨੂੰ ਕਹਿ ਰਹੇ ਆ ਕਿ ਪੰਜਾਬ ਆਉਣ ਤੋਂ ਰੋਕ ਦੇਣਾ ਚਾਹੀਦਾ ਇਨ ਫਿਊਚਰ, ਅਤੇ ਪੰਜਾਬ ਦੇ ਵਿੱਚ ਕਹਿੰਦੇ ਜਦੋਂ NRIs ਆਉਂਦੇ ਬਿਮਾਰੀਆਂ ਲੈ ਕੇ ਆਉਂਦੇ ਆ, ਮੈਂ ਉਹਨਾਂ ਲੋਕਾਂ ਨੂੰ ਵੀਡੀਓ ਦੇ ਵਿੱਚ ਇਹ ਕਹਿਣਾ ਚਾਹੁੰਦੀ ਹਾਂ ਕਿ ਅੱਜ ਤੋਂ 2 ਮਹੀਨੇ ਪਹਿਲਾਂ ਤਾਂ ਤੁਹਾਨੂੰ NRIs ਬਹੁਤ ਵਧੀਆ ਲੱਗਦੇ ਸੀ, ਜਦੋਂ ਤੁਹਾਨੂੰ ਮਹਿੰਗੇ ਮੋਬਾਈਲ ਭੇਜਦੇ ਸੀ, ਤੁਹਾਡੇ ਅਕਾਊਂਟਾਂ ਦੇ ਵਿੱਚ ਪੈਸੇ ਟ੍ਰਾਂਸਫਰ ਕਰਦੇ ਸੀ, ਉਦੋਂ ਤਾਂ ਤੁਸੀਂ ਵੀ 20-20 ਲੱਖ ਚੱਕੀ ਫਿਰਦੇ ਸੀ NRI ਬਣਨ ਨੂੰ, ਅਤੇ ਹੁਣ NRI ਤੁਹਾਨੂੰ ਜ਼ਹਿਰ ਲੱਗਣੇ ਸ਼ੁਰੂ ਹੋ ਗਏ। ਜਿੰਨਾ ਪੰਜਾਬ ਦਾ ਤੁਹਾਨੂੰ ਫਿਕਰ ਆ ਉਨਾ ਹੀ ਸਾਨੂੰ ਆ, ਉਹਦੇ ਤੋਂ ਵੱਧ ਸਾਨੂੰ ਫਿਕਰ ਆ ਪੰਜਾਬ ਦਾ, ਕਿਉਂਕਿ ਸਾਡੇ ਪਰਿਵਾਰ, ਸਾਡੇ ਰਿਸ਼ਤੇਦਾਰ ਉਹ ਵੀ ਸਾਰੇ ਪੰਜਾਬ 'ਚ ਰਹਿੰਦੇ ਆ ਅਤੇ ਅਸੀਂ ਵੀ ਇੱਥੋਂ ਹੀ ਗਏ ਹਾਂ। ਸਾਰੇ ਜਿੰਨੇ ਵੀ NRI ਆ ਹੁਣ ਇੱਥੋਂ ਪੰਜਾਬ ਤੋਂ ਹੀ ਗਏ ਹੋਏ ਹਾਂ, ਅਸੀਂ ਵੀ ਸਾਰੇ ਪਿੰਡਾਂ 'ਚੋਂ ਗਏ ਹੋਏ ਹਾਂ, ਤੁਹਾਡੇ ਵਰਗੇ ਹੀ ਹਾਂ ਸਾਰੇ। ਸਾਨੂੰ ਵੀ ਪੰਜਾਬ ਓਨਾ ਹੀ ਪਿਆਰਾ, ਸਾਡਾ ਵੀ ਹੱਕ ਪੰਜਾਬ 'ਤੇ ਓਨਾ ਹੀ ਆ ਜਿੰਨਾ ਤੁਹਾਡਾ। ਸੋ ਇੱਕ ਬੰਦੇ ਦੀ ਗਲਤੀ ਦੀ ਸਜ਼ਾ ਤੁਸੀਂ ਸਾਰਿਆਂ ਨੂੰ ਕਿਉਂ ਦੇਣ ਲੱਗੇ ਹੋ? ਮੈਂ ਵੀ ਇਸ ਗੱਲ ਨਾਲ ਤੁਹਾਡੀ ਨਾਲ ਸਹਿਮਤ ਹਾਂ ਕਿ ਜਿਹੜਾ ਉਹ ਬਾਬਾ ਸੀਗਾ ਨਵੇਂ ਸ਼ਹਿਰ ਵਾਲਾ, ਜੇ ਉਹਨੂੰ ਪਤਾ ਸੀਗਾ ਉਹਨੂੰ ਕਰੋਨਾ ਵਾਇਰਸ ਆ, ਉਹਨੂੰ ਆਈਸੋਲੇਟ ਕਰਨਾ ਚਾਹੀਦਾ ਸੀ, ਆਪਣੇ ਆਪ ਦਾ ਟ੍ਰੀਟਮੈਂਟ ਕਰਵਾਉਣਾ ਚਾਹੀਦਾ ਸੀ, ਉਹਨੂੰ ਆਮ ਪਬਲਿਕ ਵਿੱਚ ਨਹੀਂ ਜਾਣਾ ਚਾਹੀਦਾ ਸੀ। ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਤੁਸੀਂ ਉਸ ਦੀ ਇੱਕ ਬੰਦੇ ਦੀ ਗਲਤੀ ਦੀ ਸਜ਼ਾ ਸਾਰੇ NRIs ਨੂੰ ਦੇਣਾ ਸ਼ੁਰੂ ਕਰ ਦਿਓ, ਇਹ ਕਿੱਥੋਂ ਕੁ ਤੱਕ ਜਾਇਜ਼ ਆ? ਬਹੁਤ ਸਾਰੇ ਲੋਕ ਪੋਸਟਾਂ ਪਾਈ ਜਾਂਦੇ ਕਿ NRIs ਨੂੰ ਪੰਜਾਬ ਵੜਨ ਤੋਂ ਰੋਕ ਦੇਣਾ ਚਾਹੀਦਾ, ਕਿਉਂ? ਪੰਜਾਬ 'ਤੇ ਸਾਡਾ ਹੱਕ ਨਹੀਂ? ਸਾਡਾ ਵੀ ਓਨਾ ਹੀ ਹੱਕ ਆ ਤੁਹਾਡੇ ਜਿੰਨਾ ਹੀ। ਜਿੱਥੇ ਵੀ ਕਿਤੇ ਹੈਲਪ ਦੀ ਲੋੜ ਆਉਂਦੀ ਆ NRIs ਕਰਦੇ ਆ ਨਾ, ਹੁਣ ਵੀ ਕਰ ਰਹੇ ਆ ਜਿੰਨੀ ਕੁ ਕਰ ਸਕਦੇ ਆ। ਈਵਨ ਇੱਥੇ ਸਾਰਾ ਕੁਛ ਲੋਕਡਾਊਨ ਆ, ਫਿਰ ਵੀ NRI ਜਿੰਨੀ ਕੁ ਹੈਲਪ ਹੋ ਸਕਦੀ ਆ ਪੰਜਾਬ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਸੋ ਪਲੀਜ਼, ਇੱਕ ਦੂਜੇ ਨੂੰ ਬਲੇਮ ਦੇਣ ਦੀ ਥਾਂ, ਇੱਕ ਦੂਜੇ ਨਾਲ ਲੜਨ ਦੀ ਥਾਂ 'ਤੇ ਇਹ ਟਾਈਮ ਉਹ ਆ ਕਿ ਸਾਰੇ ਰਲ ਮਿਲ ਕੇ ਇਸ ਬਿਮਾਰੀ ਤੋਂ ਆਪਾਂ ਖਹਿੜਾ ਛੁਡਾ ਸਕਦੇ ਹਾਂ, ਨਾ ਕਿ ਤੁਸੀਂ ਇੱਕ ਦੂਜੇ 'ਤੇ ਬਲੇਮ ਦਿਓ ਕਿ ਉਹਨਾਂ ਨੇ ਆਹ ਕਰਤਾ, NRIs ਨੇ ਆਹ ਕਰਤਾ, ਆਹ ਇਹਨਾਂ ਨੇ ਕਰਤਾ। ਕਿਹਦਾ ਜੀ ਕਰਦਾ ਬਿਮਾਰੀਆਂ ਲਵਾਵੇ ਆਪਣੇ ਆਪ ਨੂੰ? ਕਿਹਦਾ ਜੀ ਕਰਦਾ ਦੁਨੀਆ ਤੋਂ ਜਾਣ ਨੂੰ? ਕੌਣ ਚਾਹੁੰਦਾ ਕਿ ਉਹਨੂੰ ਬਿਮਾਰੀ ਲੱਗੇ? ਕੌਣ ਚਾਹੁੰਦਾ ਕਿ ਇਹ ਬਿਮਾਰੀਆਂ ਆਪਣੇ ਪਰਿਵਾਰ ਨੂੰ ਦੇ ਕੇ ਜਾਵੇ? ਤੁਹਾਨੂੰ ਪਤਾ NRI ਤੁਸੀਂ ਕਹਿ ਤਾਂ ਦਿੰਦੇ ਹੋ NRI ਬਣਨਾ, ਘੁਆਉਣਾ ਬਹੁਤ ਔਖਾ ਆ। ਤੁਸੀਂ ਆਪਣੇ ਪਰਿਵਾਰ ਤੋਂ ਇੱਕ ਹਫ਼ਤਾ ਦੂਰ ਰਹਿ ਕੇ ਦੇਖੋ, ਫਿਰ ਤੁਹਾਨੂੰ ਪਤਾ ਲੱਗੂ। ਅਤੇ ਅਸੀਂ ਆਪਣੇ ਪਰਿਵਾਰਾਂ ਤੋਂ ਦੂਰ ਰਹਿੰਦੇ ਹਾਂ, ਸਾਡੇ ਪਰਿਵਾਰ ਪੰਜਾਬ ਦੇ ਵਿੱਚ ਰਹਿੰਦੇ ਆ, ਅਸੀਂ ਕਈ ਕਈ ਸਾਲ ਸਾਨੂੰ ਲੱਗ ਜਾਂਦੇ ਆ, ਕਈ ਵਾਰ ਬਹੁਤ ਜਾਣਿਆਂ ਦੀਆਂ ਕੀ ਮਜ਼ਬੂਰੀਆਂ ਹੁੰਦੀਆਂ, ਕਈਆਂ ਤੋਂ ਤਾਂ 10-10, 12-12 ਸਾਲ ਪੇਪਰ ਨਹੀਂ ਹੁੰਦੇ, ਕੱਚੇ ਹੁੰਦੇ, ਆਪਣੇ ਪਰਿਵਾਰਾਂ ਦੇ ਮੂੰਹ ਨਹੀਂ ਦੇਖੇ ਜਾਂਦੇ, ਪਰਿਵਾਰਾਂ ਦੇ ਵਿੱਚ ਕਈ ਮੌਤਾਂ ਹੋ ਜਾਂਦੀਆਂ, ਉੱਥੇ ਵੀ ਨਹੀਂ ਪਹੁੰਚ ਹੁੰਦਾ। ਇੰਨੀਆਂ ਵੱਡੀਆਂ ਵੱਡੀਆਂ ਮਜ਼ਬੂਰੀਆਂ ਹੁੰਦੀਆਂ ਬਹੁਤ ਸਾਰੇ ਲੋਕਾਂ ਦੀਆਂ ਇੱਥੇ। ਕਈ ਲੋਕ, ਮੈਂ ਇੰਗਲੈਂਡ ਦੇ ਵਿੱਚ ਜਾ ਕੇ ਆਈ ਹਾਂ, ਉੱਥੇ ਮੈਂ ਦੇਖਿਆ 18-18 ਸਾਲ ਤੋਂ ਕਈ ਲੋਕ ਉੱਥੇ ਬੈਠੇ ਆ, ਉਹ ਕਹਿੰਦੇ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ, ਸਾਡੇ ਮਾਂ ਪਿਓ, ਸਾਡੇ ਹੋਰ ਬਹੁਤ ਜਾਣੇ ਕਹਿੰਦੇ ਸਾਡੇ ਇੱਥੇ ਆਉਣ ਤੋਂ ਬਾਅਦ ਸਾਨੂੰ ਛੱਡ ਕੇ ਚਲੇ ਗਏ ਆ, ਕਹਿੰਦੇ ਅਸੀਂ ਉੱਥੇ ਜਾ ਨਹੀਂ ਸਕੇ ਉਹਨਾਂ ਦੇ ਅੰਤਿਮ ਟਾਈਮ 'ਤੇ ਵੀ। ਤੁਸੀਂ ਦੇਖੋ ਉਹ ਲੋਕ ਵਿਚਾਰੇ ਕਿੰਨੀਆਂ ਕਿੰਨੀਆਂ ਮਜ਼ਬੂਰੀਆਂ ਦੇ ਵਿੱਚ ਕਿੱਦਾਂ ਕਿੱਦਾਂ ਦਿਨ ਕੱਟਦੇ ਹੋਣਗੇ।
ਤੁਸੀਂ ਨਾ NRIs ਨੂੰ ਕਹਿਣ ਲੱਗੇ ਬਲੇਮ ਕਰਨ ਲੱਗੇ, ਇੱਕ ਮਿੰਟ ਲਾ ਦਿੰਦੇ ਹੋ। ਮੈਂ ਇਹ ਵੀਡੀਓ ਸਾਰਿਆਂ ਨੂੰ ਨਹੀਂ ਕਹਿ ਰਹੀ, ਇਹ ਵੀਡੀਓ ਪਾ ਕੇ ਮੈਂ ਸਿਰਫ ਉਹਨਾਂ ਲੋਕਾਂ ਨੂੰ ਕਹਿ ਰਹੀ ਹਾਂ ਜਿਹੜੇ NRIs ਨੂੰ ਬਲੇਮ ਕਰ ਦਿੰਦੇ ਆ। ਤੁਸੀਂ ਇਹ ਨਹੀਂ ਦੇਖਦੇ ਕਿ NRIs ਸਿਰਫ ਬੈਠੇ ਇੱਥੇ ਆ, ਪਰ ਉਹਨਾਂ ਦਾ ਦਿਲ, ਉਹਨਾਂ ਦੀ ਜਿਹੜੀ ਰੂਹ ਹੁੰਦੀ ਆ ਉਹ ਪੰਜਾਬ 'ਚ ਹੁੰਦੀ ਆ। ਸੋ ਪਲੀਜ਼ ਮੇਰੀ ਇਹੋ ਹੀ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਆ ਕਿ ਤੁਸੀਂ ਇਸ ਟਾਈਮ ਦੇ ਉੱਤੇ ਤਾਂ ਐਟਲੀਸਟ ਹਟ ਜਾਓ ਇੱਦਾਂ ਦੀਆਂ ਗੱਲਾਂ ਕਰਨੋ। ਸਾਰੇ ਜਾਣਿਆਂ ਨੂੰ ਆਪਾਂ ਨੂੰ ਰਲ ਕੇ, ਰਲ ਮਿਲ ਕੇ ਇਸ ਬਿਮਾਰੀ ਤੋਂ ਰਾਹਤ ਪਾਉਣੀ ਪੈਣੀ ਆ, ਨਾ ਕਿ ਇੱਕ ਦੂਜੇ